ਜੀ ਅੱਛਾ, ਤੁਸੀਂ ਕਿਹਾ ਕਿ ਲਵ ਹੁੰਦਾ, ਮੁਹੱਬਤ ਹੁੰਦੀ, ਇਸ਼ਕ ਹੁੰਦੀ, ਤੁਹਾਨੂੰ ਕੀ ਹੋਇਆ? ਲਵ ਹੋਇਆ, ਪਿਆਰ ਹੋਇਆ, ਮੁਹੱਬਤ ਜਾਂ ਇਸ਼ਕ ਕੀ ਹੋਇਆ ਜ਼ਿੰਦਗੀ? ਅਸੀਂ ਤਾਂ ਤਿੰਨਾਂ ਦੀ ਘੁੰਮਣ ਘੇਰੀ ਚ ਫਸੇ ਰਹੇ, ਕਦੇ ਉਹ ਹੋ ਗਿਆ, ਕਦੇ ਇੱਕ ਵਾਰ ਹੋਇਆ ਕਿ ਬਾਰ ਬਾਰ ਹੋਇਆ? ਨਹੀਂ ਨਹੀਂ ਇਸ਼ਕ ਜੀ ਇੱਕ ਵਾਰ ਨਹੀਂ ਹੁੰਦਾ, ਇਹ ਛੂਤ ਦੀ ਬਿਮਾਰੀ ਹੈ, ਬਾਰ ਬਾਰ ਹੁੰਦਾ। ਔਰ ਤੁਸੀਂ ਕਦੇ ਵੀ ਨਹੀਂ ਕਹਿ ਸਕਦੇ ਵੀ ਜਵਾਨੀ ਚ ਇੱਕ ਵਾਰੀ ਇਸ਼ਕ ਹੋਇਆ, ਪਿਆਰ ਇੱਕ ਵਾਰ ਹੁੰਦਾ। ਉਹ ਤਾਂ ਮਹਦੂਦ ਰੱਖਣ ਦੀਆਂ ਚੀਜ਼ਾਂ ਨੇ ਕਿ ਤੁਸੀਂ ਇੱਕ ਇਸ਼ਕ ਨੂੰ ਬੰਨ ਕੇ ਰੱਖਣਾ ਚਾਹੁੰਦੇ ਜੀ, ਇੱਕੋ ਵਾਰੀ ਹੁੰਦਾ, ਬਸ ਇਹੀ ਕਰੀ ਜਾ ਤੂੰ। ਨਹੀਂ ਨਹੀਂ, ਕਿਸੇ ਵੀ ਸਟੇਜ 'ਤੇ ਕਦੇ ਵੀ ਜ਼ਿੰਦਗੀ 'ਚ ਤੁਹਾਨੂੰ ਕੋਈ ਖੂਬਸੂਰਤ ਇਨਸਾਨ ਮਿਲਦਾ ਜਿਹਦੇ ਤੁਸੀਂ ਅਟਰੈਕਟ ਹੋ ਜਾਂਦੇ ਹੋ, ਪਹਿਲਾਂ ਤਾਂ ਫਿਜ਼ੀਕਲੀ ਅਟਰੈਕਟ ਹੁੰਦੇ ਆ, ਜਿਵੇਂ ਦੇਖਦੇ ਨਾ ਮੁੰਡਾ ਕੁੜੀ ਨੂੰ, ਕੁੜੀ ਮੁੰਡੇ ਨੂੰ, ਅਰੇ ਯਾਰ ਕਿਆ ਚੀਜ਼ ਹੈ, ਇਹ ਚੀਜ਼ ਹੁਣ ਮੇਰੇ ਕੋਲ ਚਾਹੀਦੀ ਹੈ, ਬੇਸ ਇੱਥੋਂ ਸ਼ੁਰੂ ਹੁੰਦਾ। ਬਾਕੀ ਕੀ ਹੈ, ਮੁਹੱਬਤ ਕਈ ਵਾਰੀ ਹੁੰਦੀ ਹੈ, ਕੋਈ ਪਰਸਨੈਲਿਟੀ ਤੁਹਾਨੂੰ ਪਸੰਦ ਆ ਜਾਂਦੀ ਹੈ, ਕੋਈ ਲਿਟਰੇਰੀ ਬੰਦਾ ਪਸੰਦ ਆ ਜਾਂਦਾ, ਕੋਈ ਸਿੰਗਰ ਪਸੰਦ ਆ ਜਾਂਦਾ, ਕਿਸੇ ਦੀਆਂ ਗੱਲਾਂ ਤੁਹਾਨੂੰ ਉਲਝਾ ਲੈਂਦੀਆਂ ਨੇ, ਪਰ ਇਸ਼ਕ ਜ਼ਿਆਦਾ ਦੇਰ ਰਹਿੰਦਾ ਨਹੀਂ, ਕਿਉਂਕਿ ਕਿਸੇ ਵੀ ਬੰਦੇ 'ਚ ਐਸੀ ਕੈਪੇਬਿਲਿਟੀ ਨਹੀਂ ਹੁੰਦੀ ਵੀ ਗੱਲਾਂ 'ਚ ਉਹ 2-4 ਸਾਲ ਕਿਸੇ ਬੰਦੇ ਨੂੰ ਉਲਝਾ ਲਵੇ। ਹਰ ਬੰਦੇ ਕੋਲ ਮਹਿਦੂਦ ਜਿਹੀਆਂ ਗੱਲਾਂ ਹੁੰਦੀਆਂ ਨੇ, 6 ਮਹੀਨੇ 2 ਮਹੀਨੇ 4 ਮਹੀਨੇ, ਉਹ ਤੋਂ ਬਾਅਦ ਗੱਲਾਂ ਮੁੱਕ ਜਾਂਦੀਆਂ। ਰੱਬ ਦਾ ਸ਼ੁਕਰ ਹੈ ਸਾਡੇ ਕੋਲ ਹੈਗੀਆਂ।